ਹੈਲੋ ਦੋਸਤੋ ਕੀ ਹਾਲਾ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਿਹਾ ਚੋਣ ਜਾਬਤਾ ਅਪਡੇਟ ਠੀਕ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੋਣਾਂ ਆਪਣੇ ਬਹੁਤ ਨਜ਼ਦੀਕ ਆ ਚੁੱਕੀਆਂ ਨੇ ਠੀਕ ਹੈ ਤੇ ਚੋਣਾਂ ਨਜ਼ਦੀਕ ਦੇ ਨਾਲ ਚੋਣ ਜਾਬਤੇ ਦੇ ਨਾਲ ਜਿੰਨੀਆਂ ਪੋਸਟਾਂ ਪੈਂਡਿੰਗ ਪਈਆਂ ਨੇ ਆਪਣੇ ਪੰਜਾਬ ਪੁਲਿਸ ਡਿਪਾਰਟਮੈਂਟ ਵਿੱਚ ਜਿਵੇਂ ਕਿ ਐਸਆਈ ਦੀ ਭਰਤੀ ਹੈਡ ਕਨਸਟੇਬਲ ਇੰਟੈਲੀਜੈਂਸ ਵਾਕੀ ਸਿਵਿਲিয়ান ਸਟਾਫ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਠੀਕ ਹੈ ਕਿੰਨੀਆਂ ਭਰਤੀਆਂ ਜਿਹੜੀਆਂ ਨੇ ਇਹ ਪੈਂਡਿੰਗ ਪਈਆਂ ਨੇ ਤੇ ਕੀ ਇਹਨਾਂ ਦੇ ਉੱਪਰ ਚੋਣ ਜਾਬਤੇ ਦਾ ਅਸਰ ਪਊਗਾ ਕੀ ਇਹ ਪੋਸਟਾਂ ਹੁਣ ਆਪਾਂ ਰੱਦ ਸਮਝੀਏ ਸਾਰਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਚੋਣ ਜਾਬਤੇ ਦਾ ਜਿਹੜਾ ਅਪਡੇਟ ਅਖਬਾਰ ਦੇ ਵਿੱਚ ਆਇਆ ਸੀਗਾ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੈਂ ਦੋਸਤੋ ਆਦਰਸ਼ ਚੋਣ ਜਾਬਤਾ ਜਨਵਰੀ ਦੇ ਸ਼ੁਰੂ ਚ ਲੱਗਣ ਦੇ ਅਸਾਰ ਪੰਜਾਬ ਦੇ ਮੰਤਰੀ ਵਿਭਾਗਾਂ ਨਾਲ ਸੰਬੰਧਿਤ ਕੰਮਾਂ ਨੂੰ ਸਵੀਟ ਕਰਨ 'ਚ ਝੋਟੇ ਠੀਕ ਹੈ ਚੋਣ ਜਾਬਦਾ ਦੋਸਤੋ ਕੀ ਹੁੰਦਾ ਜਦੋਂ ਕਿਸੇ ਸਟੇਟ 'ਚ ਵੋਟਾਂ ਹੁੰਦੀਆਂ ਨੇ ਉਸ ਸਟੇਟ ਦਾ ਸਾਰਾ ਕੰਟਰੋਲ ਜਿਹੜਾ ਸੈਂਟਰ ਦੇ ਹੱਥਾਂ ਵਿੱਚ ਵਗ ਜਾਂਦਾ ਹੁੰਦਾ ਉਹ ਸਟੇਟ ਕੋਈ ਵੀ ਨਵੀਂ ਚੀਜ਼ ਐਨਾਉਂਸ ਨਹੀਂ ਕਰ ਸਕਦੀ ਹੁੰਦੀ ਬਾਕੀ ਜਿਹੜੇ ਕੰਮ ਰੁਕੇ ਪਏ ਨੇ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਢਿੱਲ ਪਹੁੰਚਦੀ ਹੈ ਠੀਕ ਹੈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਪੈਂਡਿੰਗ ਵਿੱਚ ਵੀ ਰੱਖੇ ਜਾਂਦੇ ਨੇ ਠੀਕ ਹੈ ਸੋ ਹੁਣ ਵੱਧ ਤੋਂ ਵੱਧ ਚਾਂਸ ਤਾਂ ਹੀ ਲੱਗ ਰਹੇ ਨੇ ਜਿਵੇਂ ਕਿ ਹੁਣ एसआई ਤੇ ਇੰਟੈਲੀਜੈਂਸ ਦਾ ਮੰਨ ਕੇ ਚਲੋ ਸਾਈ ਦੇ ਇੰਟੈਲੀਜੈਂਸ ਦੇ ਤਾਂ ਤਕਰੀਬਨ ਪੇਪਰ ਵੀ ਨਹੀਂ ਲੈ ਕਦੋਂ ਪੇਪਰ ਲੈਣਗੇ ਕਦੋਂ ਸਿਰੇ ਚਾੜਨਗੇ ਠੀਕ ਹੈ ਸੋ ਇਹ ਭਰਤੀਆਂ ਕਿਤੇ ਨਾ ਕਿਤੇ 50% ਦਿਮਾਗ ਚ ਇਹੀ ਆਉਂਦਾ ਕਿ ਰੱਦ ਨੇ ਇਹ ਠੀਕ ਹੈ ਆਪਾਂ ਹੁਣ ਠੀਕ ਹੈ ਤੁਹਾਨੂੰ ਨੈਗੇਟਿਵ ਵੀ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਨੂੰ ਹੀ ਲੋੜ ਹੈ ਇਹ ਚੀਜ਼ ਸੰਬੰਧੀ ਪ੍ਰੋਟੈਸਟ ਕਰਨ ਦੀ ਆਪਣੇ ਜਿਹੜੇ ਵੀਰਪਰਾ ਕਾਂਸਟੇਬਲ ਦੀ ਕਾਂਸਟੇਬਲ ਦੇ ਦੂਜੀ ਕਟ-ਆਫ ਲਿਸਟ ਲਈ ਧਰਨੇ ਤੇ ਹਾਲੇ ਵੀ ਬੈਠੇ ਨੇ ਸੋ ਉਹਨਾਂ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਨਾਲ ਹੋਰ ਵੱਧੋ ਵੱਧ ਜੁੜੋ ਤੇ ਪ੍ਰੋਟੈਸਟ ਕਰਨਾ ਤਾਂ ਯਾਰ ਸਹੀ ਢੰਗ ਨਾਲ ਕੀਤਾ ਜਾਵੇ ਪ੍ਰੋਟੈਸਟ ਠੀਕ ਹੈ ਸਹੀ ਢੰਗ ਨਾਲ ਮਤਲਬ ਕਿ ਇਹੇ ਮੰਗਾਂ ਰੱਖੀ ਜਾਣ ਕਿ ਇਹ ਚੀਜ਼ਾਂ ਦੇ ਜਿਹੜੇ ਪੇਪਰ ਨੇ ਜਲਦੀ ਲੈ ਜਾਣ ਇਹ ਚੀਜ਼ਾਂ ਨੂੰ ਇਹ ਪੇਪਰਾਂ ਨੂੰ ਸਿਰੇ ਚੜਾ ਜਾਵੇ ਠੀਕ ਹੈ ਹੁਣ ਉੱਥੇ ਪ੍ਰੋਟੈਸਟ ਕੈਂਡੀਡੇਟ ਕਰ ਰਹੇ ਨੇ ਇਹ ਦੂਜੀ ਕੱਟ ਆਫ ਲਿਸਟ ਦਾ ਸੋ ਭਰਾਵੋ ਦੂਜੀ ਕੱਟ ਆਫ ਲਿਸਟ ਆਉਣ ਦੇ ਬਹੁਤ ਘੱਟ ਚਾਂਸ ਨੇ ਤੁਸੀਂ ਇਹੇ ਮੰਗਾਂ ਨਾ ਚੁੱਕੋ ਠੀਕ ਹੈ ਮੰਗਾਂ ਚੁੱਕਣੀਆਂ ਨੇ ਤਾਂ ਆਹ ਮੰਗਾਂ ਚੁੱਕੋ ਕਿਉਂਕਿ ਤੁਸੀਂ ਆਪ ਦੇਖੋ ਸਬ ਇੰਸਪੈਕਟਰ ਦੇ ਇੰਟੈਲੀਜੈਂਸ ਤੇ ਬਾਕੀ ਟੈਕਨੀਕਲ ਵਾਲੀ ਸਪੋਰਟ ਦੀਆਂ ਪੋਸਟਾਂ ਵਿੱਚ ਹ 5 ਫੁੱਟ 5 ਇੰਚ ਸੀਗਾ ਠੀਕ ਹੈ ਸੋ ਮੈਨੂੰ ਲੱਗਦਾ ਕਿ ਉਹ ਕੈਂਡੀਡੇਟ ਨੂੰ ਵੀ ਮੌਕਾ ਮਿਲਣਾ ਚਾਹੀਦਾ ਜਿਹੜੇ ਕਾਂਸਟੇਬਲ ਵਿੱਚੋਂ ਹਾਈਟ ਵਿੱਚੋਂ ਨਿਕਲ ਰਹੇ ਨੇ ਠੀਕ ਹੈ ਸਾਰੇ ਕੈਂਡੀਡੇਟ ਨੂੰ ਮੌਕਾ ਮਿਲਣਾ ਚਾਹੀਦਾ ਸੋ ਵੱਧੋ ਵੱਧ ਯਾਰ ਇਹ ਵੀਡੀਓ ਨੂੰ ਸ਼ੇਅਰ ਕਰੋ ਠੀਕ ਹੈ ਤਾਂ ਕਿ ਜੇ ਪ੍ਰੋਟੈਸਟ ਕਰਨਾ ਤਾਂ ਇਹਦੇ ਲਈ ਪ੍ਰੋਟੈਸਟ ਕੀਤਾ ਜਾਵੇ ਕਿ ਇਹ ਭਰਤੀਆਂ ਨੂੰ ਸਿਰੇ ਚੜ੍ਹਾ ਜਾਵੇ ਠੀਕ ਹੈ ਕੋਈ ਵੀ ਚੈਨਲ ਯਾਰ ਮੈਂ ਦੇਖ ਰਿਹਾ ਅੱਜਕੱਲ੍ਹ ਵਿਊ ਲੈਣ ਦੇ ਮਾਰੇ ਕੋਈ ਕਹਿੰਦਾ ਅੱਜ ਦਾ ਰਿਵਿਊ ਅੱਜ ਦਾ ਰਿਵਿਊ ਅੱਜ ਇਹ ਕੈਂਡੀਡੇਟ ਨੇ ਐਵੇਂ ਪਰਫਾਰਮ ਕੀਤਾ ਇੰਨੇ ਨੂੰ ਭਜਾਇਆ ਗਿਆ ਯਾਰ ਜਿਹੜਾ ਅਸਲੀ ਕੰਮ ਦੀ ਚੀਜ਼ ਆ ਅਸਲੀ ਵੀਡੀਓ ਉਹਨੂੰ ਤੁਸੀਂ ਪਾ ਨਹੀਂ ਰਹੇ ਕਿਉਂ ਨਹੀਂ ਬੋਲ ਰਹੇ ਤੁਸੀਂ ਬਥੇਰੇ ਰਿਵਿਊ ਲੈਲੇ ਕੈਂਡੀਡੇਟ ਲਈ ਬੱਚਿਆਂ ਲਈ ਯਾਰ ਤੁਸੀਂ ਇਹ ਮੌਕੇ ਤੇ ਵੀ ਬੋਲੋ ਨਾ ਮੈਂ ਬਥੇਰੀਆਂ ਪਹਿਲਾਂ ਕਈ ਵੀਡੀਓ ਪੋਸਟ ਕੀਤੀਆਂ ਸੀ ਇਸ ਨਾਲ ਰਿਲੇਟਡ ਠੀਕ ਹੈ ਬਹੁਤ ਘੱਟ ਸ਼ੇਅਰ ਹੁੰਦੀਆਂ ਨੇ ਬਟ ਪਲੀਜ਼ ਯਾਰ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਹੋਰ ਜਿਹੜੇ ਚੈਨਲਾਂ ਵਾਲੇ ਮੇਰੇ ਵੀਰ ਭਰਾ ਨੇ ਉਹ ਵੀ ਇਸ ਮੁੱਦੇ ਤੇ ਬੋਲਣ ਕਿਉਂਕਿ ਹੁਣ ਇਹ YouTube ਚੈਨਲ ਇੱਕ ਤਰ੍ਹਾਂ ਦਾ ਪਲੈਟਫਾਰਮ ਬਣ ਚੁੱਕਿਆ ਆ ਆਵਾਜ਼ ਨੂੰ ਚੁੱਕਣ ਦਾ ਠੀਕ ਹੈ ਜੇ ਹੁਣ ਘਟੋ ਘਟ ਪੰਜ ਸੱਤ ਚੈਨਲ ਵਾਲੇ ਵੀ ਇਸ ਮੁੱਦੇ ਦੇ ਬੋਲ ਪੇ ਤਾਂ ਮੈਨੂੰ ਲੱਗਦਾ ਕੈਂਡੀਡੇਟ ਜੁੜ ਜਾਣਗੇ ਠੀਕ ਹੈ ਜਿਹੜੇ ਬੱਚੇ ਕਾਸਟੇਬਲ ਦੇ ਟ੍ਰਾਇਲ ਵਿੱਚੋਂ ਫੇਲ ਹੋ ਚੁੱਕੇ ਨੇ ਉਹਨਾਂ ਵਾਸਤੇ ਵੀ ਇੱਕ ਤਰ੍ਹਾਂ ਨਾਲ ਵਧੀਆ ਮੌਕਾ ਮਿਲ ਜੂਗਾ ਯਾਰ ਸਭ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੋ ਮੇਰੀ ਇਹੀ ਅਪੀਲ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਇੱਕ ਸ਼ੇਅਰ ਕਰ ਦਿਆ ਕਰੋ ਲਾਈਕ ਕਰਨ ਨਾਲ ਨਾ ਵੀਡੀਓ ਜ਼ਿਆਦਾ ਸ਼ੇਅਰ ਹੋ ਜਾਂਦੀ ਹੁੰਦੀ ਆ ਠੀਕ ਹੈ ਸੋ ਦੋਸਤੋ ਇਹ ਭਰਤੀਆਂ ਤੇ ਬਾਕੀ ਹੋਰ ਭਰਤੀਆਂ ਵੀ ਨੇ ਡਿਪਾਰਟਮੈਂਟਾਂ ਦੇ ਵਿੱਚ ਠੀਕ ਹੈ ਜੇਲ੍ਹ ਬਾਰਡਰ ਦਾ ਵੀ ਹਜੇ ਕਾਉਂਸਲਿੰਗ ਵਗੈਰਾ ਕੁਝ ਵੀ ਨਹੀਂ ਹੋਇਆ ਹੈਗਾ ਠੀਕ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਲੋੜ ਆ ਆਪਾਂ ਹੁਣ ਆਵਾਜ਼ ਚੱਕਾਂਗੇ ਥੋੜੀ ਜੀ ਤਾਂ ਹੀ ਫਰਕ ਪਾਊਗਾ ਠੀਕ ਹੈ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਤਾਂ ਕਿ ਸਟੂਡੈਂਟ ਨੂੰ ਥੋੜਾ ਜਿਹਾ ਅਗਾਂਹ ਕੀਤਾ ਜਾਵੇ ਯਾਰ ਇਸ ਮੁੱਦੇ ਤੇ ਵੀ ਤਾਂ ਬੋਲੋ ਨਾ ਤੁਸੀਂ ਸਾਰੇ ਚੁੱਪ ਕਰਕੇ ਬਹਿ ਗਏ ਹੁਣ ਉਦੋਂ ਜਦੋਂ ਪੰਜਾਬ ਪੁਲਿਸ ਦੀ ਇਹਨਾਂ ਨੇ ਪਹਿਲੀ ਲਿਸਟ ਪਾਈ ਸੀ ਉਦੋਂ ਕਿੰਨਾ ਬਵਾਲ ਮਚਾਇਆ ਸੀਗਾ ਬੱਚਿਆਂ ਨੇ ਉਸ ਤੋਂ ਬਾਅਦ ਸਰਕਾਰ ਨੂੰ ਪਤਾ ਹੁੰਦਾ ਸਰਕਾਰ ਆਪਣੀ ਇਹੀ ਚੁੱਪੀ ਦਾ ਫਾਇਦਾ ਉਠਾਉਂਦੀ ਹੈ ਹੁਣ ਠੀਕ ਹੈ ਉਸ ਤੋਂ ਬਾਅਦ ਹੌਲੀ 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 ਫਿਰ ਕੀ ਹੋਇਆ ਟ੍ਰਾਇਲ ਹੋਣ ਲੱਗੇ ਤੇ ਬੱਚਿਆਂ ਦੀ ਆਵਾਜ਼ ਜਿਹੜੀ ਦਬ ਗਈ ਸੋ ਬੱਚਾ ਬੱਚੋ ਪਿਆਰੇ ਸਾਥੀਓ ਆਵਾਜ਼ ਥੋੜੀ ਜੀ ਬੁਲੰਦ ਕਰੋ ਯਾਰ ਇਹਨਾਂ ਪੇਪਰਾਂ ਬਾਰੇ ਵੀ ਕੁਝ ਹੋਣਾ ਚਾਹੀਦਾ ਨਾ ਇਹ ਨਾ ਹੋਵੇ ਨਾ ਇਹ ਆਪਾਂ ਨੂੰ ਪਤਾ ਲੱਗੇ ਕਿ ਇਹ ਰੱਦ ਦੇ ਹੋ ਗਏ ਸੋ ਦੋਸਤੋ ਮੇਰੀ ਇਹੀ ਬੇਨਤੀ ਹੈ ਹੀ ਅਪਡੇਟ ਤੁਹਾਡੇ ਸਾਰਿਆਂ ਨਾਲ ਮੈਂ ਸਾਂਝਾ ਕਰਨਾ ਸੀਗਾ ਠੀਕ ਹੈ ਜੀ ਕਿਉਂਕਿ ਕੋਈ ਵੀ ਚੈਨਲ ਵਾਲਾ ਨਹੀਂ ਯਾਰ ਬੋਲ ਰਿਹਾ ਤੁਸੀਂ ਆਪ ਦੇਖਦੇ ਹੋਵੋਗੇ ਠੀਕ ਐ ਸੋ ਲੋੜ ਐ ਥੋੜਾ ਜਿਹਾ ਆਪਾਂ ਨੂੰ ਪ੍ਰੋਟੈਸਟ ਕਰਨ ਦੀ ਠੀਕ ਐ ਮੇਰੇ ਰਿਲੇਟਡ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਆ ਤਾਂ ਮੈਂ ਜ਼ਰੂਰ ਪੋਸਟ ਕਰੂੰਗਾ ਠੀਕ ਐ ਸਾਰੇ ਪਲੇਟਫਾਰਮ ਦੇ ਉੱਪਰ ਮੈਂ ਕੋਸ਼ਿਸ਼ ਕਰੂੰਗਾ ਪਰਸਨਲੀ ਵੀ ਆ ਕੇ ਮੈਂ ਖੜੂੰਗਾ ਬਟ ਯਾਰ ਮੈਨੂੰ ਬਹੁਤ ਚਿੰਤਾ ਮੇਰੇ ਟੱਚ ਵਿੱਚ ਜਿਹੜੇ ਬੱਚੇ ਜੁੜੇ ਹੋਏ ਨੇ ਮੈਨੂੰ ਘੱਟੋ ਘੱਟ 50 60 ਮੈਸੇਜ ਤਾਂ ਡੇਲੀ ਆਏ ਜਾਂਦੇ ਨੇ ਠੀਕ ਐ ਸੋ ਯਾਰ ਬੱਚੇ ਵੀ ਹੁਣ ਤੁਹਾਨੂੰ ਪਤਾ ਹੈ ਕਿ ਹਰ ਇੱਕ ਬੱਚਾ ਵਧੀਆ ਫੈਮਿਲੀ ਚੋਂ ਨਹੀਂ ਹੁੰਦਾ ਹੈਗਾ ਠੀਕ ਹੈ ਫੈਮਿਲੀ ਮੀਨਸ ਫਾਈਨੈਂਸ਼ਲੀ ਵਧੀਆ ਨਹੀਂ ਹੁੰਦਾ ਹਰ ਇੱਕ ਬੱਚਾ ਠੀਕ ਹੈ ਸੋ ਯਾਰ ਬਹੁਤ ਤਰਸ ਆਉਂਦਾ ਯਾਰ ਮੈਨੂੰ ਇਹ ਚੀਜ਼ਾਂ ਤੇ ਸੋ ਮੈਂ ਤਾਂ ਹੀ ਬੋਲਦਾ ਉਹਨਾਂ ਫਿਰ ਬੱਚਿਆਂ ਨੂੰ ਵੀ ਮੈਂ ਬਹੁਤ ਸਪੋਰਟ ਕਰਦਾ ਹੁਣ ਬਾਕੀ ਜੇ ਤੁਹਾਡੀ ਕੋਈ ਕੁਇਰੀਜ਼ ਹੁੰਦੀਆਂ ਨੇ ਮੈਨੂੰ ਇੰਸਟਾਗ੍ਰam ਦੇ ਨਾਲ ਸ਼ੇਅਰ ਕਰ ਸਕਦੇ ਹੋ ਇੱਕ ਕੈਂਪੇਨ ਚਲਾਣਾ ਕੈਂਪੇਨ ਵੀ ਚਲਾ ਲਾਂਗੇ ਠੀਕ ਹੈ ਸੋ ਦੋਸਤੋ ਯਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਬਾਕੀ ਕਮੈਂਟ ਕਰੋ ਨੀਚੇ ਕਿਹੜੇ ਕਿਹੜੇ ਬੱਚੇ ਜੁੜਨਾ ਚਾਹੁੰਦੇ ਨੇ ਸੋ ਆਪਾਂ ਇੱਕ ਗਰੁੱਪ ਬਣਾ ਬੱਚੋ ਯਾਰ ਮੈਂ ਕਿਸੇ ਨੂੰ ਪੜਹਾ ਨਹੀਂ ਰਿਹਾ ਕਈ ਵਿੱਚ ਹੁਣ ਸ਼ਰਾਰਤੀ ਅਨਸਰ ਕਮੈਂਟ ਕਰਨਗੇ ਕਿ ਤੁਸੀਂ ਪੜਹਾ ਰਹੇ ਹੋ ਤੁਸੀਂ ਧਰਨੇ ਧਰਨੇ ਲਵਾਉਣ ਦੇ ਹੋ ਕਰਦੇ ਹੋ ਯਾਰ ਕੁਛ ਐਦਾਂ ਦਾ ਨਹੀਂ ਮੈਂ ਕਰ ਰਿਹਾ ਮੈਂ ਸਿਰਫ ਇਹੀ ਕਹਿਣਾ ਕਿ ਯਾਰ ਡਿਪਾਰਟਮੈਂਟ ਨੂੰ ਇੱਕ ਬੇਨਤੀ ਕਰ ਰਿਹਾ ਵੀ ਯਾਰ ਆਹ ਭਰਤੀਆਂ ਦਾ ਸਿਰੇ ਚਾੜੀਆਂ ਜਾਣ ਨਾ ਯਾਰ ਠੀਕ ਹੈ ਇਹਨਾਂ ਭਰਤੀਆਂ ਨੂੰ ਸਿਰੇ ਚਾੜਾ ਜਾ ਤਾਂ ਕਿ ਯਾਰ ਹਰ ਇੱਕ ਬੱਚੇ ਨੂੰ ਮੌਕਾ ਮਿਲੇ ਸਰਕਾਰਾਂ ਦਾ ਇਹੀ ਤਾਂ ਡਿਪਾਰਟਮੈਂਟ ਆਪਾਂ ਨੂੰ ਤਰੀਕਾ ਨਹੀਂ ਸਮਝ ਚ ਆਉਂਦਾ ਹੁਣ ਇਹਨਾਂ ਨੂੰ ਪੈਂਡਿੰਗ ਰੱਖਣ ਦਾ ਮਤਲਬ ਕੀ ਹੈ ਤਾਂ ਸਿੱਧਾ ਸਿੱਧਾ ਇਹੀ ਹੈ ਵੀ ਬਸ ਇਹਨਾਂ ਸਾਰੀਆਂ ਭਰਤੀਆਂ ਚੋਂ ਕਾਂਸਟੇਬਲ ਦੀ ਭਰਤੀ ਨੂੰ ਸਿਰੇ ਚੜ੍ਹ ਚੜ੍ਹ ਕੇ ਬਸ ਇੱਕ ਤਰ੍ਹਾਂ ਨਾਲ ਮਿੱਠੀ ਗੋਲੀ ਦੇ ਦਿੱਤੀ ਕਿ ਬੱਚਿਆਂ ਨੂੰ ਵੀ ਚਲੋ ਪੰਜਾਬ ਪੁਲਿਸ ਦੀ ਭਰਤੀ ਹੋ ਗਈ ਜੇ ਚਾੜਨੀ ਹੈ ਨੀਤੀ ਆਹ ਇਹਨਾਂ ਦੇ ਪੈਸੇ ਕਿਉਂ ਲੈ ਬੱਚਿਆਂ ਤੋਂ ਕਿਉਂ ਪੈਸੇ ਖਰਾਬ ਕਰੇ ਇਹਨੇ ਇਹ ਪਹਿਲਾਂ ਤਾਂ ਫੀਸਾਂ ਭਰੀਆਂ ਹਜ਼ਾਰ-ਹਜ਼ਾਰ ਰੁਪਏ ਉਸ ਤੋਂ ਬਾਅਦ ਫਿਰ ਪੇਪਰ ਦੇ ਕੇ ਆਏ ਫਿਰ ਪੇਪਰ ਰੱਦ ਹੋ ਗਏ ਹੁਣ ਪੇਪਰ ਦੁਬਾਰੀ ਦੇਣਗੇ ਠੀਕ ਆ ਫੇਰ ਸਾਡੇ ਪੈਸੇ ਦੇ ਉੱਪਰ ਸਰਕਾਰਾਂ ਰਾਜ ਕਰ ਰਹੀਆਂ ਨੇ ਯਾਰ ਸਾਡੇ ਪੈਸੇ ਤੇ ਚੋਣਾਂ ਦਾ ਪ੍ਰਬੰਧ ਕਰ ਰਹੀਆਂ ਨੇ ਯਾਰ ਸਰਕਾਰਾਂ ਯਾਰ ਆਪਾਂ ਨੂੰ ਇੰਨੀ ਕੁ ਬੋਲਣ ਦੀ ਵੀ ਲੋੜ ਹੈਗੀ ਯਾਰ ਤੁਸੀਂ ਇੰਨੀ ਕੁ ਵੀ ਨਹੀਂ ਸ਼ੇਅਰ ਕਰ ਸਕਦੇ ਵੀਡੀਓ ਯਾਰ ਠੀਕ ਹੈ ਸੋ ਯਾਰ ਹੈਲਪ ਤੁਹਾਡੀ ਚਾਹੀਦੀ ਹੈ ਬਾਕੀ ਕਮੈਂਟ ਬਾਕਸ ਕਰੋ ਜੇ ਤੁਸੀਂ ਸਪੋਰਟ ਕਰਦੇ ਹੋ ਤਾਂ ਅਗਲੀ ਪ੍ਰੋਸੈਸ ਦੇਖਾਂਗੇ ਬਾਕੀ ਨਹੀਂ ਵੀ ਸਪੋਰਟ ਕਰਦੇ ਵੀਡੀਓ ਨੂੰ ਦੇਖ ਕੇ ਛੱਡਣਾ ਤਾਂ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਧੰਨਵਾਦ